सिस्टर इतने बैठ गए नहीं ते कहते मेरा फोटो शूट करो ते हुण इन्हां दे पिक्स दो तीन बनाने हैं। फोटो शूट ना करो तुसीं मेरी वीडियो बना लो, मैं अपना विच थंबनेल काढ लो। हाँ जी, तकरीबन कुछ टाइम तो बाबा जी ने रात का सी इन्हों का रेलेटिव जानते हैं जी सू तो कब टाइम का रात का सी हूँ जी आए थे ग्रीन का बाबा जी ने करके अच्छे इन्होंने दावत है माफी करके अज थोड़ी रात ब्लॉग शेयर करेंगे खाना शाना खाएंगे और जी आए जी। अस्सलाम वालेकुम जी जनाब, इन्हों की वीडियो देखी है, लाइक की है, शेयर की है, दावत बुलाया सुखपुर के अपने इलाके ने साफ ता करके इन्होंने दावत दी है। इस वास्ते किसी इन्होंने ना सऊदी अरब सर पेट्रोल पंप के बैक साइड से इतने जी फैक्ट्री विजिट करा, कार्टन फैक्ट्री दिखाई दो सारा। माशाल्लाह जी मस्जिद भी सामने मौजूद है, शाम का टाइम हो रहा, बहुत ही प्यारा ठंडा ठंडा मौसम हो रहा। फैक्ट्री कपास बहुत ज़्यादा ख़राब हुई तो आओ जैसे नज़दीक चलते हैं, हम पता नहीं कि नाम कोई भी मालूम फैक्ट्री का कोई पता हो भाई नहीं पता, तो वो थे थैले थुले भी लगे पे ट्रक के बच्चे। मेरा बहुत ज़्यादा दिल सगा कि मैं फैक्ट्री वगैरह ना अंदरों विजिट करा, पहली दफ़ा मैं आई हाँ अंदरों विजिट कर इदा फैक्ट्री, पहले नहीं कभी भी आई तो अच्छा लग रहा जी काफ़ी बढ़िया। अलग हाँ जी जी फैक्ट्री है ना जी, नाम ही पता लग गया
ਇਹ ਜੀ ਫੈਕਟਰੀ ਹੈਗੀ ਚੌਧਰੀ ਮਾਡਲ ਕਾਟਨ ਫੈਕਟਰੀ ਅਤੇ ਆਹ ਜੀ ਪਿੱਛੇ ਤੁਸੀਂ ਦੇਖ ਰਹੇ ਹੋ ਜੀ ਰੂਈ ਅਤੇ ਜੋ ਕਿ ਕੁਛ ਦਿਨ ਪਹਿਲੇ ਮੈਂ ਚੋਕ ਕੇ ਵੀ ਦਿਖਾਈ ਸੀ ਰੂਈ ਕਪਾਸ ਨਾ ਚੁਣ ਕੇ ਵੀ ਦਿਖਾਈ ਸੀ ਆਹ ਜੀ ਕਪਾਸ ਮੌਜੂਦ ਆ ਅਤੇ ਇਹਨੂੰ ਜਦੋਂ ਕਪਾਸ ਚੁਣ ਲਈ ਜਾਂਦੀ ਉਸ ਤੋਂ ਬਾਅਦ ਫੈਕਟਰੀ 'ਚ ਲੈ ਕੇ ਆਇਆ ਜਾਂਦਾ ਅਤੇ ਬਨੋਲਾ ਅਤੇ ਰੂਈ ਅਲੱਗ ਕੀਤੀ ਜਾਂਦੀ ਜਿਹੜਾ ਬਨੋਲਾ ਹੁੰਦਾ ਉਹਦਾ ਉਹ ਬਾਅਦ 'ਚ ਘੀ ਵਗੈਰਾ ਉਹਦਾ ਤਿਆਰ ਕੀਤਾ ਜਾਂਦਾ ਅਤੇ ਉਸ ਤੋਂ ਬਾਅਦ ਜਿਹੜਾ ਘੀ ਕੱਢ ਲਿਆ ਜਾਂਦਾ ਫਿਰ ਉਸ ਤੋਂ ਘੀ ਲਈ ਤਿਆਰ ਕੀਤਾ ਜਾਂਦਾ ਉਸ ਤੋਂ ਬਾਅਦ ਉਹ ਖਲ ਜਾਣ ਵਾਲੀ ਇਸਤੇਮਾਲ ਕੀਤੀ ਜਾਂਦੀ ਜਿਹੜੀ ਰੂਈ ਆ ਰਜ਼ਾਈਆਂ ਵਗੈਰਾ 'ਚ ਅਤੇ ਧਾਗਾ ਵਗੈਰਾ ਬਣਾਉਣ 'ਚ ਇਸਤੇਮਾਲ ਕੀਤੀ ਜਾਂਦੀ ਉਹ ਉੱਧਰ ਰੂਈ ਮੌਜੂਦ ਆ ਦਿਖਾਈ ਉਹ ਜ਼ਰਾ ਟਰੱਕ ਟਰਾਲੀਆਂ ਇੱਥੇ ਮੌਜੂਦ ਆ ਟ੍ਰੇਨ ਮੌਜੂਦ ਆ ਅੱਜ ਦਾ ਸਾਰਾ ਦਿਨ ਨਾ ਘੁੰਮ ਫਿਰ ਕੇ ਗੁਜ਼ਰ ਗਿਆ ਫੈਨਸ ਮਿਲੇ ਇੰਨੇ ਸਾਰੇ ਮਿਲੇ ਅਲਹਮਦੁਲਿਲਾ ਅੱਛਾ ਲੱਗਦਾ ਵਾ ਲੇਕਿਨ ਪਹਿਲੇ ਪਹਿਲੇ ਥੋੜ੍ਹਾ ਜਿਹਾ ਅਜੀਬ ਲੱਗਦਾ ਲੇਕਿਨ ਬਾਅਦ 'ਚ ਥੋੜ੍ਹਾ ਜਿਹਾ ਸਹੀ ਹੋ ਜਾਂਦਾ ਹੈ ਨਾ ਅਮਨ ਭਾਈ ਜਾਨ ਬੋਲੋ ਨਾ ਜ਼ਰਾ ਕੁਛ ਜੀ ਬਹੁਤ ਜ਼ਿਆਦਾ ਅਜੀਬ ਮਹਿਸੂਸ ਹੋ ਰਿਹਾ ਸੀ ਲੇਕਿਨ ਬਾਅਦ 'ਚ ਬਸ ਠੀਕ ਹੋ ਗਿਆ ਅਤੇ ਨੋਰਮਲ ਕਿਉਂਕਿ ਵੀਡੀਓਜ਼ ਜਿਹੜੀਆਂ ਮੈਂ ਵੀ ਗਾਉਂ 'ਚ ਹੀ ਬਣਾਉਂਦੀ ਹਾਂ ਇੱਦਾਂ ਨਹੀਂ ਕਿ ਲੋਕਾਂ ਦੇ ਵਿੱਚ ਰਸ਼ ਦੇ ਵਿੱਚ ਨਹੀਂ ਮੈਂ ਨਹੀਂ ਬਣਾਉਂਦੀ ਹੈਗੀ ਕਿਉਂਕਿ ਨੋਰਮਲ ਵਲੌਗਸ ਬਣਾਉਣਾ ਮੈਨੂੰ ਪਸੰਦ ਆ ਅਤੇ ਇੱਦਾਂ ਹੀ ਨੋਰਮਲ ਹੀ ਬਣਾਉਂਦੀ ਹਾਂ ਰਸ਼ ਵਗੈਰਾ ਤੋਂ ਜਿੱਥੇ ਰਸ਼ ਹੁੰਦਾ ਉੱਥੇ ਨਹੀਂ ਬਣਾਉਂਦੀ ਇੱਦਾਂ ਫਿਰ ਅਗਰ ਕੋਈ ਆ ਵੀ ਜਾਵੇ ਨਾ ਬੇਸ਼ੱਕ ਫੈਮਿਲੀ ਹੋਵੇ ਥੋੜ੍ਹਾ ਥੋੜ੍ਹਾ ਤਾਂ ਪਹਿਲੇ ਅਜੀਬ ਫੀਲ ਹੁੰਦਾ ਵਾ ਬਾਅਦ ਸਹੀ ਹੋ ਜਾਂਦਾ ਹੈ ਨਾ ਹੁਣ ਭਾਈ ਜਾਨ ਅਤੇ ਅੱਜ ਦਾ ਵਲੌਗ ਥੋੜ੍ਹਾ ਜਿਹਾ ਹੋਰ ਕੰਟੀਨਿਊ ਰੱਖਾਂਗੇ ਉੱਧਰ ਬਾਬਾ ਜਾਨੀ ਉਹ ਦੇਖੋ ਜੀ ਉੱਧਰ ਜਾ ਰਹੇ ਜੀ ਸੈਰਾਂ ਕਰਨ ਡਏ ਆ ਮੈਨੂੰ ਗਰਮੀ ਲੱਗਣ ਦੀ ਪਤਾ ਨਹੀਂ ਕਿਉਂ ਚਾਏ ਪੀਤੀ ਆ ਸ਼ਾਇਦ ਅਤੇ ਆ ਦੇਖੋ ਜੀ ਉੱਧਰ ਵੀ ਰੋਈ ਮੌਜੂਦ ਆ ਆਇਓ ਉੱਧਰ ਅੱਗੇ ਵੀ ਚੱਲੀਏ ਇੱਥੇ ਕਿਹੜਾ ਜਿਹਨੂੰ ਭੂਤ ਚੁੰਮਣ ਚੱਲੇ ਮੈਂ ਬਰਫ਼ ਵਿੱਚ ਆ ਗਈ ਹਾਂ ਰੋਈ ਇੱਦਾਂ ਹੀ ਲੱਗਦੀ ਆ ਬਹੁਤ ਪਿਆਰੀ ਪਿਆਰੀ ਅਤੇ ਸਹੇਲੀਆਂ ਮੌਜੂਦ ਆ ਜੀ ਬਹੁਤ ਪਿਆਰੀਆਂ ਪਿਆਰੀਆਂ ਸਿਸਟਰ ਇੱਥੇ ਬੈਠ ਗਏ ਨੇ ਅਤੇ ਕਹਿੰਦੇ ਮੇਰਾ ਫੋਟੋ ਸ਼ੂਟ ਕਰੋ ਅਤੇ ਹੁਣ ਇਹਨਾਂ ਦੇ ਪਿਕਸ ਦੋ ਤਿੰਨ ਬਣਾਉਂਦੇ ਆ ਫੋਟੋ ਸ਼ੂਟ ਨਾ ਕਰੋ ਤੁਸੀਂ ਮੇਰੀ ਵੀਡੀਓ ਬਣਾ ਲਓ ਮੈਂ ਆਪਣਾ ਵਿੱਚ ਥੰਬਨੇਲ ਕੱਢ ਲਓ ਸਹੀ ਹੋ ਗਿਆ ਆ ਜੀ ਮੈਂ ਨਿਊ ਡਰੈਸ ਪਹਿਨੇ ਆ ਜੀ ਸਲਵਾਰ ਬਾਬਾ ਹੀ ਖੁੱਲ੍ਹੀ ਹਾਂਜੀ ਜੀ ਇੱਕ ਹੋਰ ਗੱਲ ਦੱਸਾਂ ਕਿ ਮੇਰੀ ਡਰੈਸ ਕੌਣ ਸਟਿਚ ਕਰਦਾ ਜੀ ਮੇਰੀ ਡਰੈਸ ਮੇਰੀ ਮੰਮਾ ਜਾਨੀ ਸਟਿਚ ਕਰਦੀ ਮੇਰੀ ਮੰਮਾ ਜਾਨੀ ਡਿਜ਼ਾਈਨਰ ਹੈਗੀ ਆ ਜੀ ਬਹੁਤ VIP ਡਰੈਸਿਸ ਸਟਿਚ ਕਰਦੀ ਆ ਹੁਣ ਵੀ ਇਹ ਡਰੈਸਿਸ ਮੈਂ ਕੁਛ ਲੈ ਸੀਗੇ ਪੰਜਾਬੀ ਡਰੈਸ ਸਟਿਚ ਕਰਾਂਗੇ ਤਾਂ ਆਹ ਵੀ ਮੰਮਾ ਜਾਨੀ ਨੇ ਸਟਿਚ ਕੀਤਾ ਸੀਗਾ ਕਢਾਈ ਵੀ ਕਰ ਲੈਂਦੇ ਮੰਮਾ ਜਾਨੀ ਸਟਿਚਿੰਗ ਬਹੁਤ ਮਜ਼ੇ ਦੀ ਕਰਦੀ ਆ ਹੋਰ ਜੀ ਕੋਲਰ ਦਾ ਕੰਮ ਵੀ ਮੰਮਾ ਜਾਨੀ ਕਰ ਲੈਂਦੇ ਮੈਨੂੰ ਵੀ ਸਾਰਾ ਕੁਛ ਸਿਖਾਇਆ ਹੋਇਆ ਬਹੁਤ ਮਜ਼ਾ ਆਉਂਦਾ ਮੰਮਾ ਜਾਨੀ ਵੀ ਜਿੱਦਾਂ ਕਿ ਨਾਲ ਦੋਸਤਾਂ ਤਰ੍ਹਾਂ ਬਹੁਤ ਜ਼ਿਆਦਾ ਨਾਲ ਸਪੋਰਟ ਕਰਦੇ ਆ ਮੰਮਾ ਜਾਨੀ ਤਾਂ ਇੱਦਾਂ ਹੀ ਨਾਲ ਕੰਮ ਕਰਦੇ ਹੋਏ ਬੜਾ ਮਜ਼ਾ ਆਉਂਦਾ ਅੱਜ ਰੋਈ ਸਾਰੀ ਢਕੀ ਹੋਈ ਆ ਬਾਰਿਸ਼ ਤੋਂ ਲਪੇਟੀ ਹੋਈ ਉਹ ਰੋਈ ਕੋਲ ਚਲੀ ਆਪਾਂ ਉਹ ਕਾਟਨ ਕਾਟਨ ਰੋਈ ਨਹੀਂ ਕਹਿੰਦੇ ਆ ਪਾਪਾ ਬਹੁਤ ਜ਼ਿਆਦਾ ਇੰਜੋਏ ਕਰ ਰਹੇ ਆ ਨਾਲ ਨਾਲ ਕੌਣ ਫੇਰ ਪਾਪਾ ਤੇ ਫੁੱਲ ਇਨਫੋਰਮੇਸ਼ਨ ਲੈ ਲੈ ਸਾਡੇ ਤੋਂ ਜ਼ਿਆਦਾ ਦਿਲ ਸੀਗਾ ਹਨਾ ਉਹਨਾਂ ਹੋਣ ਦਾ ਬਿਲਕੁਲ ਮੈਂ ਸਵੇਰ ਉੱਠੀ ਸਾਡੇ ਨਾਲੋਂ ਪਹਿਲੇ ਤਿਆਰ ਹੋ ਗਏ ਸੀ ਹਾਂ ਮੈਂ ਉੱਠੀ ਮੈਂ ਨਮਾਜ਼ ਸਮੂਸ ਪੜ੍ਹ ਕੇ ਫੇਮਸ ਹੋ ਗਈ ਫੇਰ ਮੈਂ 10 ਵਜੇ ਜਾ ਕੇ ਉੱਠੀ ਅਤੇ ਫਿਰ ਜੀ ਮੈਨੂੰ ਉਠਾਇਆ ਕਿਹਨੇ ਸੀਗਾ ਹੁਰੈਨ ਫਾਤਮਾ ਨੇ ਮੈਨੂੰ ਉਠਾਇਆ ਕਹਿੰਦੀ ਉੱਠ ਜਾ ਰੋਟੀ ਖਾਈ ਨਾ ਮੰਮਾ ਜਾਨੀ ਨੇ ਖਾਧੀ ਸੀ ਨਾ ਅਮਨ ਭਾਈ ਜਾਨੀ ਖਾਧੀ ਸੀਗੀ ਫਿਰ ਜੀ ਰੋਟੀ ਖਾਈ ਆਹ ਹੁਣ ਕਿੰਨੀਆਂ ਸਖਤ ਭਰੀਆਂ ਪਤਾ ਨਹੀਂ ਕਿੱਦਾਂ ਬਹੁਤ ਵਜ਼ਨੀ ਆ ਇਹ ਮਣਾ ਦੇ ਹਿਸਾਬ ਨਾਲ ਵਜ਼ਨ ਹੁੰਦਾ ਹਿੱਲ ਨਹੀਂ ਹੁਣ ਹਲਾ ਨਹੀਂ ਹੁਣ ਦੇਖ ਲਓ ਮੇਰੀ ਜਿੰਨੀ ਜਵਾਨ ਆ ਤਾਂ ਮੇਰੇ ਕੋਲ ਖਿੱਚ ਨਹੀਂ ਮਣਾ ਦੇ ਹਿਸਾਬ ਨਾਲ ਹੁੰਦਾ ਇਹਨਾਂ ਦਾ ਵਜ਼ਨ ਅੱਛਾ ਦੇਖ ਲਓ ਜੀ ਰੂਈ ਇਹ ਹੁਣ ਕਿੱਥੇ ਜਾਏਗੀ ਇਹ ਹੋਰਾਂ ਫੈਕਟਰੀਆਂ 'ਚ ਜਾਣਗੀ ਜਾਊਗੀ ਜਿੱਥੋਂ ਉਹ ਕੱਪੜਾ ਜਾਂ ਧਾਗਾ ਬਣੇਗਾ ਧਾਗਾ ਬਣੇਗਾ ਫਿਰ ਧਾਗੇ ਦਾ ਕੱਪੜਾ ਬਣਦਾ ਜਾਂ ਇਹ ਬਿਸਤਰੀਆਂ ਦੇ ਵਿੱਚ ਰਜ਼ਾਈਆਂ ਦੇ ਵਿੱਚ ਤੁਹਾਨੂੰ ਪਤਾ ਹੀ ਹਾਲੇ ਇਹਦੀ ਹੋਰ ਸਫਾਈ ਵਗੈਰਾ ਹੋਏਗੀ ਹਾਂਜੀ ਅਤੇ ਉਹ ਨਾ ਫਿਰ ਮੈਂ ਤੁਹਾਨੂੰ ਦੱਸ ਰਹੀ ਸੀਗੀ ਫਿਰ ਮੈਂ ਸਵੇਰ ਉੱਠੀ ਤਕਰੀਬਨ 10 ਵਜੇ ਮੈਂ ਉੱਠ ਕੇ ਮੈਂ ਖਾਣਾ ਖਾਇਆ ਮੰਮਾ ਜਾਨੀ ਔਰ ਭਾਈ ਜਾਨ ਦੇ ਨਾਲ ਅਤੇ ਫਿਰ ਬਾਅਦ ਜੀ ਮੈਂ ਤਿਆਰੀ ਸ਼ਿਆਰੀ ਸ਼ੁਰੂ ਕਰ ਦਿੱਤੀ ਹੁਣ ਜੀ ਤਕਰੀਬਨ ਸ਼ਾਮ ਹੋ ਰਹੀ ਆ ਕਾਫੀ ਅੱਛਾ ਅੱਜ ਦਾ ਦਿਨ ਗੁਜ਼ਰਿਆ ਅੱਛਾ ਲੱਗਿਆ ਅਤੇ ਹੁਣ ਤੁਹਾਡਾ ਦਿਨ ਕਿੱਦਾਂ ਦਾ ਦਿਨ ਗੁਜ਼ਰਿਆ ਮੈਂ ਕੱਲ ਵਾਹ ਥਕਾਵਟ ਹੋ ਗਈ ਸੀ ਕੱਲ ਵਾਹ ਥਕਾਵਟ ਹੋ ਗਈ ਸੀਗੀ ਕਿਉਂਕਿ
ਦੇਸੀ ਮੁਰਗਾ ਖਾਂਦਾ ਹੈ ਕਿਦਾਂ ਦਾ ਲੱਗਦਾ ਫਰਕ ਕੋਈ ਨਹੀਂ ਮੈਨੂੰ ਕਹਿੰਦਾ ਅਲ ਫੜੀ ਮੈਂ ਦੱਸ ਦਈ ਆ ਮੈਨੂੰ ਕਹਿੰਦਾ ਤੂੰ ਬ੍ਰੈਲਰ ਹੈ ਤੇ ਮੈਂ ਦੇਸੀ ਮਤਲਬ ਜਿੱਦਾਂ ਕਿ ਉਹਨਾਂ ਦੇ ਬੋਟੀਆਂ ਚਿਮੜੀਆਂ ਹੋਈਆਂ ਹੁੰਦੀਆਂ ਆ ਚੀੜੀਆਂ ਹੱਡੀਆਂ ਹੱਡੀਆਂ ਇਹ ਕਹਿੰਦਾ ਮੈਨੂੰ ਬ੍ਰੈਲਰ ਕਹਿੰਦਾ ਕਹਿੰਦਾ ਤੂੰ ਪੋ ਗੂਗਲੋ ਮੁਗਲੋ ਜਿਹੀ ਹੈ ਨਾ ਵੱਡੀ ਜਲਦੀ ਜਲਦੀ ਬ੍ਰੈਲਰ ਵੀ ਜਲਦੀ ਜਲਦੀ ਵੱਡਾ ਹੋ ਜਾਂਦਾ ਹੈ ਨਾ ਬ੍ਰੈਲਰ ਦਾ ਗੋਸ਼ਤ ਬਹੁਤ ਜ਼ਿਆਦਾ ਕਹਿੰਦਾ ਉਹਦੀ ਤੇਰਾ ਹਾਲਾ ਬ੍ਰੈਲਰ ਤਰ੍ਹਾਂ ਦਾ ਵਾਹ ਨਾ ਬਣਦੀ ਲੇਕਿਨ ਇੰਨੀ ਜ਼ਿਆਦਾ ਮੋਟੀ ਨਹੀਂ ਹੈਗੀ ਨੋਰਮਲ ਆ ਮੈਂ ਬਸ ਨਾ ਹੁਣ ਹਾਈਟ ਵੀ ਹੈਗੀ ਇੰਨਾ ਤਾਂ ਵਜ਼ਨ ਨੋਰਮਲ ਗੱਲ ਆ ਜ਼ਿਆਦਾ ਤਾਂ ਨਹੀਂ ਹੈ ਨਾ ਮੈਨੂੰ ਕੀ ਪਤਾ ਤੁਹਾਨੂੰ ਪਤਾ ਤੇਰਾ ਕਿੰਨਾ ਵਜ਼ਨ ਨਾ ਉਹਨਾਂ ਦੀ ਤਰ੍ਹਾਂ ਦੇ ਦੋ ਬੰਦੇ ਵੀ ਕੱਢ ਲਓ ਤੇ ਤਾਂ ਵੀ ਮੇਰੇ ਜਿੰਨਾ ਵਜ਼ਨ ਨਹੀਂ ਬਣੂਗਾ ਮੇਰਾ 44 ਹੈ ਸ਼ਾਇਦ 44.5 ਹਾਂ ਮੇਰਾ ਕਿੰਨਾ ਵਾ 91 92 ਹੁਣ ਹੋਰ ਹੋ ਗਿਆ ਹੁਣ ਜ਼ਿਆਦਾ ਕਿਉਂਕਿ ਅੱਜ ਦੇਸੀ ਮੁਰਗਾ ਖਾਦਾ ਨਾ ਚਾਂਦ ਛੁਪਾ ਬਾਦ ਹਾਂਜੀ ਜੀ ਅੱਜ ਦਾ ਵਲੌਗ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਜਿਸ ਤਕਰੀਬਨ ਸ਼ਾਮ ਦਾ ਮਗਰਿਬ ਦਾ ਟਾਈਮ ਹੋ ਰਿਹਾ ਹੁਣ ਅਸੀਂ ਘਰ ਜਾਣਾ ਅਤੇ ਅੱਜ ਦਾ ਵਲੌਗ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰ ਲਈ ਦਿਨ ਜੀ ਮਜ਼ੇ ਮਜ਼ੇ ਦੇ ਪਿਆਰੇ ਪਿਆਰੇ ਵਲੌਗਸ ਲੈ ਕੇ ਆਉਂਦੇ ਰਹਾਂਗੇ ਅਤੇ ਮੇਰਾ ਇੰਸਟਾਗ੍ਰਾਮ ਫੇਸਬੁੱਕ ਟਿਕਟੋਕ ਦੀ ID ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਏਗਾ ਜਲਦੀ ਜਲਦੀ ਜਾ ਕੇ ਕਦੀ ਸਾਡੇ ਇੰਸਟਾਗ੍ਰਾਮ ਤੋਂ ਫੇਸਬੁੱਕ ਤੋਂ ਸਾਡੀ ਵੀ ਫਲਾਂ ਫਲਾਂ ਦਾ ਦੇ ਦਿਆ ਕਰੋ ਨਾ ਲਿੰਕ ਅਤੇ ਮੈਂ ਕਿੰਨੇ ਕੁ ਲਿੰਕ ਦੱਸ ਦੇਵਾਂ ਮੇਰੇ ਵੱਲ ਜਾਂਦੇ ਤੁਹਾਡੇ ਵੱਲ ਆ ਜਾਣਗੇ ਉਹ ਸਹੀ ਮੇਰੇ ਵੱਲ ਦੇ ਆ ਜਾਓ ਪਹਿਲਾਂ ਬਾਅਦ ਜਿੰਨੇ ਵਾਲੀ ਵੀ ਚਲੇ ਜਾਈਓ ਮੇਰੇ ਮੇਰਾ ਫੋਲੋ ਕਰ ਦਈਓ ਓਕੇ ਜੀ ਅੱਲਾ ਹਾਫਿਜ਼ ਅੱਲਾ ਹਾਫਿਜ਼ ਬਹੁਤ ਪਿਆਰੀਆਂ ਵਾ ਬਹੁਤ ਅੱਛੀਆਂ ਵਾ ਮਾਸ਼ਾਅੱਲਾ ਸਾਨੂੰ ਬੜੀਆਂ ਪਸੰਦ ਆ ਬਹੁਤ ਸ਼ੁਕਰੀਆ ਜੀ